ਗੁੱਡ ਮਾਰਨਿੰਗ ਪਲੱਸ ਟੂ ਕਲਾਸ ਗਗਨਦੀਪ ਸ਼ਰਮਾ ਤੁਹਾਡੀ ਪੰਜਾਬੀ ਟੀਚਰ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਆ ਤੁਹਾਡਾ ਚੈਪਟਰ ਤੀਜੀ ਗੱਲ ਲੈ ਕੇ ਬੱਚੋ ਕੱਲ ਆਪਾਂ ਇਸ ਦਾ ਕਹਾਣੀ ਦਾ ਸਾਰ ਆਪਾਂ ਕਹਿ ਸਕਦੇ ਹਾਂ ਡਿਸਕਸ ਕੀਤਾ ਸੀ ਕਹਾਣੀ ਰੀਡ ਕੀਤੀ ਸੀ ਇਹ ਕਹਿ ਸਕਦੇ ਆ ਮਤਲਬ ਤੁਸੀਂ ਪੜ੍ਹ ਲਈ ਹੋਣੀ ਪੂਰੀ ਤਰ੍ਹਾਂ ਮੈਂ ਤੁਹਾਨੂੰ ਸਮਰੀ ਜੀ ਦੱਸੀ ਸੀ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਹਾਣੀ ਦੇ ਵਿੱਚ ਤੁਹਾਨੂੰ 8 ਨੰਬਰ ਦਾ ਇੱਕ ਲੌਂਗ ਕੁਐਸਚਨ ਆਉਂਦਾ ਹੈ ਜੋ ਕਿ ਕਹਾਣੀ ਦਾ ਸਾਰ ਕਹਾਣੀ ਦਾ ਵਿਸ਼ਾ ਵਸਤੂ ਜਾਂ ਪਾਤਰ ਉਸਾਰੀ ਹੋ ਸਕਦਾ ਹੈ ਤਾਂ ਅੱਜ ਅਸੀਂ ਗੁਰਬਚਨ ਸਿੰਘ ਪੁੱਲਰ ਦੀ ਲਿਖੀ ਹੋਈ ਕਹਾਣੀ ਤੇਜੀ ਗਲ ਦਾ ਵਿਸ਼ਾ ਵਸਤੂ ਥੋੜਾ ਜਿਹਾ ਡਿਸਕਸ ਕਰਾਂਗੇ ਬੱਚੇ ਮੈਂ ਇਹਦੀਆਂ ਦੋ ਸਲਾਈਡਸ ਬਣਾਈਆਂ ਨੇ ਤੁਹਾਡੇ ਲਈ ਔਰ ਇੰਨਾ ਕੁ ਹੀ ਵਿਸ਼ਾ ਵਸਤੂ ਬਹੁਤ ਹੈ ਆਮ ਤੌਰ ਤੇ ਬੱਚੇ ਕੀ ਕਰਦੇ ਨੇ ਵਿਸ਼ੇ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਹਾਣੀ ਦਾ ਸਾਰ ਲਿਕੰਦੇ ਨੇ ਵਿਸ਼ੇ ਦੇ ਵਿੱਚ ਅਸੀਂ ਸਿਰਫ ਇਹ ਦੱਸਣਾ ਹੁੰਦਾ ਹੈ ਕਿ ਕਿਸ ਚੀਜ਼ ਨੂੰ ਆਧਾਰ ਬਣਾ ਕੇ ਲੇਖਕ ਨੇ ਕਹਾਣੀ ਲਿਖੀ ਹੈ ਕਹਾਣੀ ਦੀਆਂ ਘਟਨਾਵਾਂ ਜਾਂ ਪਾਤਰਾਂ ਨੂੰ ਅਸੀਂ ਸਿਰਫ ਆਪਣਾ ਵਿਸ਼ਾ ਜਿਹੜਾ ਹੈ ਉਹ ਦੱਸਣ ਵਾਸਤੇ ਹਵਾਲੇ ਦੇ ਤੌਰ ਤੇ ਰੈਫਰੈਂਸ ਦੇ ਤੌਰ ਤੇ ਯੂਜ਼ ਕਰਦੇ ਹਾਂ ਮੀਨਸ ਘਟਨਾਵਾਂ ਨੂੰ ਅਸੀਂ ਸਿਰਫ ਉਹਨਾਂ ਦਾ ਸਿਰਫ ਅਸੀਂ ਰੈਫਰੈਂਸ ਦਿੰਦੇ ਹਾਂ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਲੇਖਕ ਨੇ ਕਹਾਣੀ ਦਾ ਇਹ ਵਿਸ਼ਾ ਲਿਆ ਹੈ ਤੇ ਜੇ ਅਸੀਂ ਗੱਲ ਕਰੀਏ ਤੀਜੀ ਗੱਲ ਕਹਾਣੀ ਦੀ ਤਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਉਸ ਤੇ ਪਿੰਡੂ ਤੇ ਸ਼ਹਿਰੀ ਸ਼ਹਿਰੀ ਵਿੱਚ ਵੀ ਖਾਸ ਕਰਕੇ ਮਹਾਨਗਰ ਆਂਦਾ ਯਾਨੀ ਕਿ ਮੈਟਰੋ ਸਿਟਿਸ ਦਾ ਕਿਉਂਕਿ ਸਾਰਾ ਘਟਨਾਕਰਮ ਜਿਹੜਾ ਹੈ ਦਿੱਲੀ ਵਾਪਰਦਾ ਹੈ ਤਾਂ ਪਿੰਡੂ ਤੇ ਮਹਾਨਗਰਾਂ ਦਾ ਜੀਵਨ ਕਿੰਨਾ ਪਿੰਨ ਹੈ ਕਿੰਨਾ ਡਿਫਰੈਂਟ ਹੈ ਤਾਂ ਉਹਨਾਂ ਦੀ ਕਦਰਾਂ ਕੀਮਤਾਂ ਕਿਵੇਂ ਬਦਲ ਰਹੀਆਂ ਨੇ ਉਹਨਾਂ ਦਾ ਰਹਿਣ ਸਹਿਣ ਹੀ ਨਹੀਂ ਬਦਲ ਗਿਆ ਸਗੋਂ ਉਹਨਾਂ ਦੀ ਸੋਚ ਦੇ ਵਿੱਚ ਵੀ ਕੀ ਤਬਦੀਲੀ ਆਈ ਹੈ ਇਸ ਨੂੰ ਕਹਾਣੀ ਦਾ ਵਿਸ਼ਾ ਬਣਾਇਆ ਹੈ ਤਾਂ ਅਸੀਂ ਦੇਖਦੇ ਹਾਂ ਕਿ ਦੀਨਾ ਨਾਥ ਕਹਾਣੀ ਦਾ ਮੁੱਖ ਪਾਤਰ ਜੋ ਹੈ ਉਹਨੂੰ ਦੋ ਗੱਲਾਂ ਬੜੀਆਂ ਪਰੇਸ਼ਾਨ ਕਰਦੀਆਂ ਨੇ ਅ ਸ਼ਹਿਰੀ ਜੀਵਨ ਦੀਆਂ ਕਿਉਂਕਿ ਉਹ ਆਪ ਇੱਕ ਪਿੰਡੂ ব্যাকਗ੍ਰਾਉਂਡ ਤੋਂ ਆਉਂਦਾ ਹੈ ਤਾਂ ਇਹ ਦੋਨੋਂ ਗੱਲਾਂ ਜਿਹੜੀਆਂ ਨੇ ਇੱਕ ਹੈ ਫਲੈਟਾਂ ਦੇ ਵਿੱਚ ਰਹਿਣਾ ਤੇ ਦੂਜੀ ਹੈ ਪੂਰੀ ਤਰ੍ਹਾਂ ਮਸ਼ੀਨਾਂ ਤੇ ਨਿਰਭਰ ਕਰਨਾ ਦੋ ਕਦਮ ਵੀ ਤੁਰ ਕੇ ਨਾ ਜਾਣਾ ਤੇ ਵਾਈਕਲ ਦੀ ਵਰਤੋਂ ਕਰਨਾ ਤਾਂ ਬੱਚੋ ਜਿਹੜੀਆਂ ਦੋ ਗੱਲਾਂ ਨੇ ਉਹਨੂੰ ਪਰੇਸ਼ਾਨ ਕਰਨ ਵਾਲੀਆਂ ਅਸਲ ਵਿੱਚ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਪਿੰਡੂ ਅਤੇ ਮਹਾਨਗਰਾਂ ਦੇ ਜੀਵਨ ਦਾ ਰਹਿਣ ਸਹਿਣ ਦਾ ਤੁਲਨਾਤਮਕ ਅਧਿਐਨ ਕੀਤਾ ਹੈ ਰੈਂਸਨ ਦੇ ਵਿਚਾਰਹੀ ਤਬਦੀਲੀ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਸ਼ਹਿਰੀ ਲੋਕ ਜਿਹੜੇ ਨੇ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਨੇ ਕਿਸ ਤਰ੍ਹਾਂ ਉਹਨਾਂ ਲਈ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਮਸ਼ੀਨੀ ਬਣ ਗਈ ਹੈ ਕਿਸ ਤਰ੍ਹਾਂ ਉਹਨਾਂ ਕੋਲ ਕੁਦਰਤ ਦੇ ਖੁੱਲਣ ਨੂੰ ਵਾਤਾਵਰਣ ਨੂੰ ਮਾਨਣ ਦਾ ਸਮਾਂ ਹੀ ਨਹੀਂ ਹੈ ਕਿਸ ਤਰ੍ਹਾਂ ਉਹ ਇੱਕ ਬਣਾਵਟੀ ਜਿਹਾ ਜੀਵਨ ਨੂੰ ਜਿਉ ਰਹੇ ਨੇ ਕਿਸ ਤਰ੍ਹਾਂ ਉਹ ਪੂਰੀ ਤਰ੍ਹਾਂ ਉਹਨਾਂ ਸਰੀਰਕ ਤੇ ਮਾਨਸਿਕ ਤੌਰ ਤੇ ਵੱਧਦੇ ਵਿਕਸ ਨਹੀਂ ਰਹੇ ਹੈਗੇ ਕਿਸ ਤਰ੍ਹਾਂ ਉਹ ਗਮਲੇ ਦੇ ਵਿੱਚ ਉੱਗੇ ਬੂਟਿਆਂ ਦੇ ਵਰਗੇ ਰਹਿ ਗਏ ਜਦ ਕਿ ਪਿੰਡੂ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਪਲੇ ਮਨੁੱਖ ਜਿਹੜੇ ਨੇ ਉਹ ਇੱਕ ਵਿਸ਼ਾਲ ਰਖਤ ਦੀ ਤਰ੍ਹਾਂ ਹੁੰਦੇ ਨੇ ਐਸਟ੍ਰੋਨੋਮਿਕ ਰੈਫਰੈਂਸਸ ਦੇ ਕੇ ਪਿੰਡ ਉਤੇ ਸ਼ਹਿਰੀ ਜੀਵਨ ਦੇ ਰਹਿਣ ਸਹਿਣ ਵਿੱਚਲਾ ਫਰਕ ਦੱਸਿਆ ਹੈ ਤੇ ਤੀਸਰੀ ਗੱਲ ਜਿਹੜੀ ਕਿ ਕਹਾਣੀ ਵਿੱਚ ਦਿਨਾਨਾਥ ਨੂੰ ਸਕੂਨ ਦਿੰਦੀ ਸੀ ਉਹ ਇਹ ਸੀ ਕਿ ਬੱਚਿਆਂ ਦਾ ਪੜਨ ਲਈ ਸਕੂਲ ਦੇ ਵਿੱਚ ਜਾਣਾ ਪਰ ਕਹਾਣੀ ਦੇ ਅੰਤ ਤੱਕ ਅਸੀਂ ਦੇਖਦੇ ਹਾਂ ਕਿ ਇਹ ਵੀ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂ ਕਿਉਂਕਿ ਸ਼ਹਿਰਾਂ ਦੇ ਵਿੱਚ এডਿਕੇਸ਼ਨ ਯਾਨੀ ਕਿ ਵਿਦਿਆ ਨੂੰ ਸਿਰਫ ਮਾਨਸਿਕ ਜਾਂ ਜ਼ਹਿਨੀ ਅਮੀਰੀ ਦਾ ਕਾਰਨ ਨਹੀਂ ਸਮਝਿਆ ਜਾਂਦਾ ਸਗੋਂ ਇਹਦੇ ਤੋਂ ਪੈਸੇ ਨੂੰ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਮਹੱਤਵ ਵੱਧ ਦਿੱਤਾ ਜਾਂਦਾ ਹੈ ਤਾਂ ਇਸ ਦਾ ਜਿਹੜੀ ਤੀਜੀ ਗੱਲ ਹੈ ਉਸ ਉਹਨਾਂ ਦੇ ਸੋਚ ਦੇ ਵਿਚਾਰ ਇਹ ਬਦਲਾ ਦੀ ਗੱਲ ਕਰਦੀ ਹੈ ਜਿੱਤੇ ਪਹਿਲੀਆਂ ਦੋ ਗੱਲਾਂ ਰੈਂਟ ਸੈਂਡ ਦੀ ਗੱਲ ਕਰਦੀਆਂ ਨੇ ਰੈਂਟ ਸੈਂਡ ਵਿਚਾਰੇ ਤਬਦੀਲੀਆਂ ਦੀ ਗੱਲ ਕਰਦੀ ਹੈ ਦੋਨਾਂ ਦੇ ਪਿੰਡੂ ਤੇ ਮਹਾਨਗਰਾਂ ਦੇ ਲੋਕਾਂ ਦੇ ਰੈਂਟ ਸੈਂਡ ਵਿਚਲੇ ਫਰਕ ਨੂੰ ਦਰਸਾਉਂਦੀ ਹੈ ਉੱਥੇ ਤੀਜੀ ਗੱਲ ਜਿਹੜੀ ਹੈ ਉਹ ਆਧੁਨਿਕ ਸਮਾਜ ਵਿੱਚ ਆ ਰਹੇ ਸੋਚ ਦੇ ਬਦਲਾਅ ਉਹ ਦੀ ਗੱਲ ਕਰਦੀ ਹੈ ਕਦਰਾਂ ਕੀਮਤਾਂ ਦੇ ਨਿਗਾਰ ਦੀ ਗੱਲ ਕਰਦੀ ਹੈ ਮਤਲਬ ਮੋਰਲ ਵੈਲਿਊਜ਼ ਜਿਹੜੀਆਂ ਨੇ ਸਾਡੇ ਖਤਮ ਹੋ ਰਹੀਆਂ ਨੇ ਕਿਉਂਕਿ ਦਿਨਾਂ ਨਾਥ ਵਰਗੇ ਲੋਕਾਂ ਵਾਸਤੇ ਪੜ੍ਹਾਈ ਹੀ ਤੀਜਾ ਨੇਤਰ ਸੀ ਜੋ ਕਿ ਮਨੁੱਖ ਨੂੰ ਆਪਣੇ ਆਲੇ ਦੁਆਲੇ ਪ੍ਰਤੀ ਸੋਹਜ ਸੋਚ ਸਮਝ ਦਿੰਦੀ ਹੈ ਪਰ ਇਹਨਾਂ ਲੋਕਾਂ ਦੇ ਲਈ ਇਹ ਹੈ ਜਦੋਂ ਹੀਰਾ ਲਾਲ ਦੀ ਪਤਨੀ ਲక్ష్ਮੀ ਕੋ ਉਦਾਹਰਣ ਦਿੰਦੀ ਹੈ ਕਿ ਸ਼ਹਿਰਾਂ ਦੇ ਵਿੱਚ ਤਾਂ ਘੱਟ ਪੜੇ ਲਿਖੇ ਜਿਹੜੇ ਨੇ ਉਹ ਆਪਣੇ ਪੈਸੇ ਦੇ ਦਮ ਤੇ ਪੜੇ ਲਿਖਿਆਂ ਨੂੰ ਨੌਕਰੀਆਂ ਦੇ ਰਹੇ ਨੇ ਜਿਵੇਂ ਇੱਕ ਹਸਪਤਾਲ ਦਾ ਮਾਲਕ ਬਣਿਆ ਬੈਠਾ ਕੋਈ ਦਸਵੀਂ ਫੇਲ ਮੁੰਡਾ ਤੇ ਡਾਕਟਰਾਂ ਨੂੰ ਉਹਨੇ ਭਰਤੀ ਕੀਤਾ ਹੋਇਆ ਹੈ ਐਸੀ ਤਰ੍ਹਾਂ ਕਿ ਇੰਜੀਨੀਅਰ ਐਂਡ ਪਰ ਠੇਕੇਦਾਰ ਕੋਲ ਕੰਮ ਕਰਦਾ ਹੈ ਤਾਂ ਇੰਨਾਂ ਚੀਜ਼ਾਂ ਨੂੰ ਦੇਖ ਕੇ ਸ਼ਹਿਰੀ ਲੋਕ ਜਿਹੜੇ ਸੋਚਦੇ ਆ ਕਿ ਮਤਲਬ ਬਹੁਤ ਸਾਰੇ ਦੀ ਗੱਲ ਨਹੀਂ ਕਰਦੀ ਮਤਲਬ ਉਹਦੇ ਵਿੱਚ ਇਹ ਤਬਦੀਲੀ ਆ ਰਹੀ ਹੈ ਕਿ ਤੇਜਾ ਨੇਤਰ ਜਿਹੜਾ ਹੈ ਉਹ ਪੈਸੇ ਹੀ ਬਣ ਗਿਆ ਤਾਂ ਇਹ ਗੱਲ ਜਿਹੜੀ ਹੈ ਪੜ੍ਹਾਈ ਨਹੀਂ ਹੈ ਤਾਂ ਇਹ ਗੱਲ ਜਿਹੜੀ ਹੈ ਤੀਨਾ ਨਾਟ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਕਿ ਜਿਹੜੀ ਗੱਲ ਉਹਨੂੰ ਆਰਾਮ ਸਕੂਨ ਦੇਣ ਵਾਲੀ ਸੀ ਕਿ ਬੱਚੇ ਪੜ੍ਹਨ ਜਾ ਰਹੇ ਆਬਸਟੇ ਕੁਛ ਛਲਾਵਾ ਜਾਈ ਹੈ ਸਿਰਫ ਇੱਕ ਦਿਖਾਵਾ ਜਾਈ ਹੈ ਪਰ ਅਸਲ ਦੇ ਵਿੱਚ ਲੋਕਾਂ ਦੀ ਸੋਚ ਪੜਾਈ ਨੂੰ ਲੈ ਕੇ ਬਦਲ ਗਈ ਹੈ ਉਹ ਬਹੁਤ ਜ਼ਿਆਦਾ ਪਦਾਰਥਵਾਦੀ یعنی ਕਿ ਮਟੀਰੀਅਲਿਸਟਿਕ ਹੋ ਗਏ ਹਨ ਉਹ ਸਿਰਫ ਪੈਸੇ ਨੂੰ ਹੀ ਆਪਾਂ ਕਹਾਂਗੇ ਬਹੁਤ ਤਰ ਦਿੰਦੇ ਹਨ ਸੋ ਬੱਚੋ ਇਹ ਸਿਰਫ ਦੋ ਸਲਾਈਡਸ ਹੈ ਇੰਨਾ ਕੁ ਵਿਸ਼ਾ ਸਫੀਸ਼ੀਐਂਟ ਹੈ ਇੱਕ ਦੋ ਹੋਰ ਉਦਾਹਰਨਾਂ ਦੇ ਨਾਲ ਬਾਕੀ ਮੇਰੀ ਆਡੀਓ ਨਾਲ ਨਾਲ ਤੁਸੀਂ ਸੁਣ ਕੇ ਕੁਝ ਹੋਰ ਪੁਆਇੰਟਸ ਐਡ ਕਰ ਲਓਗੇ 8 ਨੰਬਰ ਦਾ ਕੁਐਸਚਨ ਤੁਹਾਡਾ ਹੋਏਗਾ ਪਲੀਜ਼ ਇਹਨੂੰ ਆਪਣੇ ਸ਼ਬਦਾਂ ਦੇ ਵਿੱਚ ਨੋਟਬੁੱਕ ਤੇ ਲਿਖ ਲਓ ਸਲਾਈਡਸ ਨੂੰ ਪੜ੍ਹ ਕੇ ਤੇ ਮੇਰੇ ਤੋਂ ਸੁਣ ਕੇ ਤੇ ਇੱਕ ਬਹੁਤ ਸੋਹਣਾ ਆਨਸਰ ਤੁਹਾਡਾ ਤਿਆਰ ਹੋ ਜਾਏਗਾ ਲੌਕਡਾਊਨ ਹੌਲੀ ਹੌਲੀ ਖਤਮ ਹੋ ਰਿਹਾ ਹੈ ਖੁੱਲ ਮਿਲ ਰਹੀ ਹੈ ਢਿਲ ਮਿਲ ਰਹੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਜ਼ਾਰਾਂ 'ਚ ਜਾ ਕੇ ਸ਼ਹਿਰ 'ਚ ਜਾ ਕੇ ਦੋਸਤਾਂ ਕੋਲ ਜਾ ਕੇ ਘੁੰਮੋ ਫਿਰੋ ਜਿੰਨਾ ਹੋ ਸਕਦਾ ਹੈ ਘਰ ਰਹੋ ਜਾਗਰੂਕ ਰਹੋ ਸੁਚੇਤ ਰਹੋ ਸੁਰੱਖਿਅਤ ਰਹੋ ਧੰਨਵਾਦ